ਗੂਗਲ ਬਾਲੀਵੁੱਡ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਯਾਨੀ ਸਿਮਰਨ ਹੰਸ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਦੋਸਤੋ, ਮੂਵੀ ਰਿਲੀਜ਼ ਹੋ ਚੁੱਕੀ ਹੈ ਰੋਸ਼ਨ ਪ੍ਰਿੰਸ ਤੇ ਰੁਬੀਨਾ ਬਾਜਵਾ ਦੀ ਨਾਨਕਾ ਮੇਲ। ਨਾਨਕਾ ਮੇਲ ਮੂਵੀ ਦੀ ਆਪਾਂ ਗੱਲ ਕਰਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕੈਰੈਕਟਰਸ ਦੀ। ਰੋਸ਼ਨ ਪ੍ਰਿੰਸ ਤੇ ਰੁਬੀਨਾ ਬਾਜਵਾ ਦੀ ਜੋੜੀ ਤੇ ਸਾਨੂੰ ਨਜ਼ਰ ਆਉਣੀ ਵਾਲੀ ਹੈ। ਨਾਲ ਦੀ ਨਾਲ ਰੋਸ਼ਨ ਪ੍ਰਿੰਸ ਦੇ ਪਿਤਾ ਦਾ ਕੈਰੈਕਟਰ ਨਿਭਾਉਣ ਵਾਲੇ ਨੇ ਹੌਬੀ ਧਾਲੀਵਾਲ ਤੇ ਉਹਨਾਂ ਦੀ ਮਾਂ ਦਾ ਕੈਰੈਕਟਰ ਪਲੇ ਕਰਦੀ ਨਜ਼ਰ ਆਉਣਗੀ ਸਾਨੂੰ ਮੈਡਮ ਸੁਨੀਤਾ ਧਿਰ। ਤੇ ਸਪੈਸ਼ਲੀ ਇਹ ਫਿਲਮ ਜਿਹੜੀ ਹੈ ਮਾਂ ਦੇ ਉੱਤੇ ਹੀ ਬਣੀ ਹੋਈ ਹੈ। ਤੇ ਜੇ ਆਪਾਂ ਗੱਲ ਕਰੀਏ ਉਹਨਾਂ ਦੇ ਦੋਸਤ ਦੇ ਕੈਰੈਕਟਰ ਦੀ, ਰੋਸ਼ਨ ਪ੍ਰਿੰਸ ਦਾ ਦੋਸਤ ਦਾ ਕੈਰੈਕਟਰ ਨਿਭਾ ਰਹੇ ਨੇ ਹਰਬੀ ਸਾਂਗਾ ਤੇ ਉਹਨਾਂ ਦੇ ਮਾਮਾ ਦਾ ਕੈਰੈਕਟਰ ਨਿਭਾ ਰਹੇ ਨੇ ਸਰਦਾਰ ਸੋਹੀ। ਤੇ ਹੋਰ ਵੀ ਬਹੁਤ ਸਾਰੇ ਮਜੇ ਹੋਏ ਕਲਾਕਾਰ ਸਾਨੂੰ ਇਸ ਫਿਲਮ ਦੇ ਵਿੱਚ ਨਜ਼ਰ ਆ ਰਹੇ ਨੇ, ਯਾਨੀ ਕਿ ਮੈਡਮ ਨਿਰਮਲ ਰਿਸ਼ੀ ਵਰਗੇ ਹੋਰ ਬਹੁਤ ਸਾਰੇ ਆਰਟਿਸਟ ਸਾਨੂੰ ਇਸ ਫਿਲਮ ਦੇ ਵਿੱਚ ਨਜ਼ਰ ਆਉਣਗੇ। ਤੇ ਜੇ ਆਪਾਂ ਗੱਲ ਕਰੀਏ ਇਸ ਫਿਲਮ ਦੀ ਕਹਾਣੀ ਦੀ, ਕਹਾਣੀ ਬਹੁਤ ਜ਼ਿਆਦਾ ਪਸੰਦ ਕੀਤੀ ਜਾ ਰਹੀ ਹੈ ਆਡੀਅੰਸ ਦੇ ਦੁਆਰਾ। ਜਿਹੜੀ ਕਹਾਣੀ ਹੈ ਫਿਲਮ ਦੀ ਮਾਂ ਦੇ ਰਿਸ਼ਤਿਆਂ ਨੂੰ ਦਰਸਾਉਂਦੀ ਹੈ, ਜਿਵੇਂ ਕਿ ਆਪਾਂ ਪੋਸਟਰ ਦੇ ਵਿੱਚ ਵੀ ਇਹ ਲਾਈਨ ਵੇਖੀ ਸੀ ਕਿ ਮਾਂ ਦੇ ਰਿਸ਼ਤਿਆਂ ਦੀ ਗੱਲ ਹੈ। ਤੇ ਮਾਂ ਦੇ ਰਿਸ਼ਤਿਆਂ ਦੀ ਗੱਲ ਵਾਕਈ ਇਸ ਫਿਲਮ ਦੇ ਵਿੱਚ ਕੀਤੀ ਗਈ ਹੈ ਕਿ ਕਿਵੇਂ ਇੱਕ ਮਾਂ ਆਪਣੇ ਹਸਬੈਂਡ ਦੇ ਕਹਿਣ 'ਤੇ ਆਪਣੇ ਭਰਾਵਾਂ ਨੂੰ, ਆਪਣੇ ਪੇਰੈਂਟਸ ਨੂੰ, ਆਪਣੇ ਪੇਕਿਆਂ ਨੂੰ ਛੱਡ ਦਿੰਦੀ ਹੈ। ਤੇ ਰੋਸ਼ਨ ਪ੍ਰਿੰਸ ਦੀ ਮਾਂ ਦਾ ਜਿਹੜਾ ਕੈਰੈਕਟਰ ਹੈ ਉਹ ਇਸ ਨੂੰ ਦਰਸਾਉਂਦਾ ਹੈ ਕਿ ਉਹ ਫੀਲ ਕਰਦੀ ਹੈ। ਨਿੱਤ ਆਪਣੇ ਭਰਾਵਾਂ ਨੂੰ ਵੇਖਣ ਲਈ ਤਰਸਦੀ ਹੈ, ਉਹਨਾਂ ਨੂੰ ਰੱਖੜੀ ਬੰਨ੍ਹਣ ਨੂੰ ਤਰਸਦੀ ਹੈ, ਉਹਨਾਂ ਨੂੰ ਮਿਲਣ ਲਈ ਤਰਸਦੀ ਹੈ, ਕਿਉਂਕਿ ਬਹੁਤ ਸਾਲਾਂ ਤੋਂ ਆਪਣੇ ਪੇਕੇ ਨਹੀਂ ਗਈ ਹੁੰਦੀ। ਤੇ ਰੋਸ਼ਨ ਪ੍ਰਿੰਸ ਅਜਿਹੇ ਮੁੰਡੇ ਦਾ ਕੈਰੈਕਟਰ ਨਿਭਾ ਰਹੇ ਨੇ ਜਿਹਨੂੰ 18 ਸਾਲ ਤੋਂ ਵੀ ਵੱਧ ਹੋ ਚੁੱਕੇ ਨੇ ਆਪਣੇ ਨਾਨਕੇ ਗਏ ਹੋਏ। ਤੇ ਨਾਨਕੇ ਗਏ ਹੋਏ ਉਹਨਾਂ ਨੂੰ ਬਹੁਤ ਸਮੇਂ ਹੋ ਚੁੱਕਾ ਹੈ, ਤੇ ਜਿਸ ਦੇ ਬਾਅਦ ਉਹ ਬਹੁਤ ਜ਼ਿਆਦਾ ਆਪਣੀ ਮਾਂ ਨੂੰ ਵੀ ਤਰਸਦੇ ਹੋਏ ਦੇਖਦੇ ਨੇ, ਕਿਉਂਕਿ ਉਹਨਾਂ ਦੀ ਮਾਂ ਵੀ ਪੇਕੇ ਨਹੀਂ ਗਈ ਇੰਨੇ ਸਾਲਾਂ ਤੋਂ। ਆਪਣੀ ਮਾਂ ਨੂੰ ਜਦੋਂ ਤਰਸਦੇ ਹੋਏ ਦੇਖਦੇ ਨੇ, ਉਹਨਾਂ ਦੇ ਦਿਲ ਵਿੱਚ ਇੱਕ ਸਵਾਲ ਪੈਦਾ ਹੁੰਦਾ ਕਿ ਕਿਉਂ ਨਾ ਮੈਂ ਆਪਣੀ ਮਾਂ ਨੂੰ ਆਪਣੇ ਮਾਮਿਆਂ ਦੇ ਨਾਲ ਮਿਲਾ ਹੀ ਦੇਵਾਂ। ਇਸ ਦੇ ਵਿੱਚ ਉਹਨਾਂ ਨੂੰ ਪਿਆਰ ਹੋ ਜਾਂਦਾ ਹੈ ਰੁਬੀਨਾ ਬਾਜਵਾ ਦੇ ਨਾਲ। ਤੇ ਜਦੋਂ ਗੱਲ ਵਿਆਹ ਦੀ ਆਉਂਦੀ ਹੈ ਤੇ ਵਿਆਹ ਦੇ ਵਿੱਚ ਸਭ ਤੋਂ ਵੱਡਾ ਸਵਾਲ ਹੁੰਦਾ ਹੈ ਨਾਨਕਾ ਮੇਲ। ਨਾਨਕਾ ਮੇਲ ਕਿਵੇਂ ਆਵੇਗਾ, ਆਵੇਗਾ ਵੀ ਜਾਂ ਨਹੀਂ ਆਵੇਗਾ? ਤੇ ਇਹ ਵੇਖਣ ਲਈ ਨਾ ਤੁਹਾਨੂੰ ਫਿਲਮ ਵੇਖਣੀ ਪੈਣੀ ਹੈ ਕਿ ਰੋਸ਼ਨ ਪ੍ਰਿੰਸ ਕਿਵੇਂ ਆਪਣੇ ਨਾਨਕੇ ਮੇਲ ਨੂੰ ਆਪਣੇ ਘਰੇ ਲੈ ਕੇ ਆਉਂਦੇ ਨੇ, ਯਾਨੀ ਆਪਣੇ ਮਾਮਿਆਂ ਨੂੰ ਆਪਣੀ ਮਾਂ ਦੇ ਨਾਲ ਕਿਵੇਂ ਮਿਲਾਉਂਦੇ ਨੇ, ਤੇ ਆਖਿਰ ਦੇ ਵਿੱਚ ਉਹ ਮਿਲਦੇ ਵੀ ਨੇ ਜਾਂ ਫਿਰ ਨਹੀਂ। ਤੇ ਜੇ ਆਪਾਂ ਫਿਲਮ ਦੇ ਕਨਸੈਪਟ ਦੀ ਗੱਲ ਕਰੀਏ, ਕਨਸੈਪਟ ਬਹੁਤ ਵਧੀਆ ਹੈ। ਫਿਲਮ ਦੇ ਵਿੱਚ ਰਿਸ਼ਤਿਆਂ ਦੀ ਗੱਲ ਕੀਤੀ ਗਈ ਹੈ, ਨਾਨਕਿਆਂ ਦੀ ਗੱਲ ਕੀਤੀ ਹੈ। ਨਾਨਕੇ ਜਿਨ੍ਹਾਂ ਨਾਲ ਸਾਡੇ ਸਾਰਿਆਂ ਦੀਆਂ ਯਾਦਾਂ ਜੁੜੀਆਂ ਹੁੰਦੀਆਂ ਨੇ, ਬਚਪਨ ਜੁੜਿਆ ਹੁੰਦਾ, ਉਹ ਕਹਾਣੀਆਂ ਜੁੜੀਆਂ ਹੁੰਦੀਆਂ ਨੇ ਜਿਹੜੀਆਂ ਅਸੀਂ ਆਪਣੇ ਨਾਨਾ ਨਾਨੀ ਦੇ ਕੋਲੋਂ ਸੁਣੀਆਂ ਹੁੰਦੀਆਂ ਨੇ ਛੋਟੇ ਹੁੰਦੇ। ਤੇ ਬਹੁਤ ਜ਼ਿਆਦਾ ਡੂੰਘੀ ਗੱਲ ਕੀਤੀ ਗਈ ਇਸ ਫਿਲਮ ਦੇ ਵਿੱਚ। ਤੇ ਜੇ ਆਪਾਂ ਫਿਲਮ ਦੇ ਡਾਇਰੈਕਸ਼ਨ ਦੀ ਗੱਲ ਕਰੀਏ ਤੇ ਡਾਇਰੈਕਸ਼ਨ ਪੱਖੋਂ ਕੋਈ ਕਮੀ ਸਾਨੂੰ ਨਜ਼ਰ ਨਹੀਂ ਆ ਰਹੀ, ਕਿਉਂਕਿ ਸਿਮਰਨਜੀਤ ਸਿੰਘ ਹੁੰਦਲ ਨੇ ਤੇ ਪ੍ਰਿੰਸ ਕਮਲਜੀਤ ਹੋਰਾਂ ਨੇ ਇਸ ਫਿਲਮ ਨੂੰ ਡਾਇਰੈਕਸ਼ਨ ਦਿੱਤੀ ਹੈ। ਤੇ ਜੇ ਆਪਾਂ ਲੋਕੇਸ਼ਨਸ ਦੀ ਗੱਲ ਕਰੀਏ, ਫਿਲਮ ਦੇ ਵਿੱਚ ਜਿਹੜੀਆਂ ਲੋਕੇਸ਼ਨਸ ਯੂਜ਼ ਕੀਤੀਆਂ ਗਈਆਂ ਨੇ ਬਹੁਤ ਸੋਹਣੀਆਂ ਨੇ। ਜਿਹੜਾ ਪਿੰਡ ਦਾ ਕਲਚਰ ਦਿਖਾਇਆ ਗਿਆ, ਪਿੰਡ ਦੀਆਂ ਚੀਜ਼ਾਂ ਦਿਖਾਈਆਂ ਨੇ, ਕਾਫੀ ਜ਼ਿਆਦਾ ਰਿਐਲਿਟੀ ਹੈ ਉਹਨਾਂ ਦੇ ਵਿੱਚ। ਤੇ ਜੇ ਹੁਣ ਆਪਾਂ ਲਾਸਟ 'ਤੇ ਗੱਲ ਕਰੀਏ ਆਡੀਅੰਸ ਦੇ ਰਿਵਿਊਜ਼ ਦੀ, ਆਡੀਅੰਸ ਨੂੰ ਰੋਸ਼ਨ ਪ੍ਰਿੰਸ ਤੇ ਰੁਬੀਨਾ ਬਾਜਵਾ ਦੀ ਐਕਟਿੰਗ ਬਹੁਤ ਜ਼ਿਆਦਾ ਪਸੰਦ ਆ ਰਹੀ ਹੈ, ਇਹਨਾਂ ਦੀ ਜੋੜੀ ਨੂੰ ਪਿਆਰ ਮਿਲ ਰਿਹਾ। ਤੇ ਜੇ ਆਪਾਂ ਗੱਲ ਕਰੀਏ ਐਕਟਿੰਗ ਦੀ, ਸਾਰਿਆਂ ਦੀ ਐਕਟਿੰਗ ਆਡੀਅੰਸ ਨੂੰ ਬਹੁਤ ਜ਼ਿਆਦਾ ਪਸੰਦ ਆ ਰਹੀ ਹੈ, ਸਪੈਸ਼ਲੀ ਕਨਸੈਪਟ ਨੂੰ ਬਹੁਤ ਜ਼ਿਆਦਾ ਪਸੰਦ ਕਰ ਰਹੀ ਹੈ ਆਡੀਅੰਸ, ਕਿਉਂਕਿ ਇੱਕ ਵੱਖਰਾ ਜਿਹਾ ਕਨਸੈਪਟ ਹੈ। ਮਾਂ ਦੇ ਰਿਸ਼ਤਿਆਂ ਦੀ ਗੱਲ ਕੀਤੀ ਗਈ ਹੈ, ਨਾਨਕਿਆਂ ਦੀ ਗੱਲ ਕੀਤੀ ਗਈ ਹੈ, ਜਿਸ ਕਨਸੈਪਟ ਨੂੰ ਆਡੀਅੰਸ ਨੇ ਬਹੁਤ ਹੀ ਜ਼ਿਆਦਾ ਪਸੰਦ ਕੀਤਾ ਹੈ। ਤੇ ਜੇ ਆਪਾਂ ਓਵਰਆਲ ਫਿਲਮ ਦੀ ਗੱਲ ਕਰੀਏ, ਫਿਲਮ ਬਹੁਤ ਹੀ ਜ਼ਿਆਦਾ ਵਧੀਆ ਹੈ, ਆਡੀਅੰਸ ਵੀ ਬਹੁਤ ਜ਼ਿਆਦਾ ਪਸੰਦ ਕਰ ਰਹੀ ਹੈ ਇਸ ਫਿਲਮ ਨੂੰ। ਤੇ ਗੂਗਲ ਬਾਲੀਵੁੱਡ ਇਸ ਫਿਲਮ ਨੂੰ 5 ਦੇ ਵਿੱਚੋਂ 4.5 ਸਟਾਰ ਦਿੰਦਾ ਹੈ, ਕਿਉਂਕਿ ਫਿਲਮ ਰਿਸ਼ਤਿਆਂ ਨੂੰ ਦਰਸਾਉਂਦੀ ਹੈ। ਤੁਸੀਂ ਵੀ ਇਸ ਫਿਲਮ ਨੂੰ ਜ਼ਰੂਰ ਵੇਖ ਕੇ ਆਓ। ਇਸ ਦੇ ਨਾਲ ਹੀ ਮੈਂ ਸਿਮਰਨ ਹੰਸ ਅੱਜ ਦੇ ਲਈ ਤੁਹਾਡੇ ਤੋਂ ਵਿਦਾ ਲੈਂਦੀ ਹਾਂ, ਪਰ ਮਿਲਾਂਗੇ ਆਪਾਂ ਅਗਲੀ ਵੀਡੀਓ ਦੇ ਵਿੱਚ। ਤਦ ਤੱਕ ਲਈ ਤੁਸੀਂ ਵੇਖਦੇ ਰਹੋ ਗੂਗਲ ਬਾਲੀਵੁੱਡ।